ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਹਾਜ਼ਰ ਹਾਂ ਅਸੀਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਕਰਾਂਗੇ ਅਸੀਂ ਅਨियन ਪੀਲ ਐਕਸਪੈਰੀਮੈਂਟ ਸਭ ਤੋਂ ਪਹਿਲਾਂ ਸਵਾਲ ਇਹ ਉੱਠਦਾ ਹੈ ਕਿ ਅਸੀਂ ਇਸ ਐਕਸਪੈਰੀਮੈਂਟ ਵਿੱਚ ਅਨियन ਹੀ ਕਿਉਂ ਵਰਤਦੇ ਹਾਂ ਜਿਸ ਤਰ੍ਹਾਂ ਮਨੁੱਖੀ ਸਰੀਰ ਅਤੇ ਹੋਰ ਜੀਵਾਂ ਦੀ ਟਰਾਂਸਪੇਰੈਂਟ ਸਕਿਨ ਹੁੰਦੀ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਸੈਲਸ ਹੁੰਦੇ ਹਨ ਜੋ ਕਿ ਸੰਵੇਦਨਸ਼ੀਲ ਟਿਸ਼ੂਸ ਨੂੰ ਕਈ ਤਰ੍ਹਾਂ ਦੇ ਵਾਇਰਸਸ ਤੇ ਫੰਗਸ ਤੋਂ ਬਚਾਉਂਦੇ ਹਨ ਉਸੇ ਤਰ੍ਹਾਂ ਅਨੀਆਂਸ ਦੇ ਵਿੱਚ ਐਪੀਡੈਮਿਕ ਸੈਲਸ ਹੁੰਦੇ ਹਨ ਅੱਛਾ ਜੀ ਹੁਣ ਐਪੀਡੈਮਿਕ ਸੈਲਸ ਹੁੰਦੇ ਕੀ ਹਨ ਐਪੀਡੈਮਿਕ ਸੈਲਸ ਉਹ ਜਿੰਨਾ ਤੋਂ ਅਸੀਂ ਪਲਾਂਟਸ ਤੇ ਵਿਗਿਆਨ ਬਾਰੇ ਜਾਣ ਸਕਤੇ ਹਾਂ ਇਹ ਐਪੀਡੈਮਿਕ ਸੈਲਸ ਅਨੀਆਂ ਦੇ ਜੈਵਿਕ ਪ੍ਰਕਿਰਿਆ ਨੂੰ ਆਰਗੇਨਾਈਜ਼ ਕਰਦੇ ਹਨ ਇਨ੍ਹਾਂ ਸੈਲਸ ਤੋਂ ਹੀ ਅਨੀਆਂ ਦੇ ਫੁੱਲ ਪੱਤੇ ਤੇ ਜੜਾ ਬਣਦੀਆਂ ਹਨ ਹੁਣ ਤੁਸੀਂ ਇਹ ਜਾਨਣਾ ਚਾਹੋਗੇ ਕੀ ਇਸ ਨੂੰ ਦੇਖ ਕਿਸ ਤਰ੍ਹਾਂ ਸਕਦੇ ਹਾਂ ਜੇ ਬਿਲਕੁਲ ਐਸੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਐਸੀ ਇਸ ਨੂੰ ਕਿਸ ਤਰ੍ਹਾਂ ਦੇਖ ਸਕਦੇ ਆ ਤੇ ਸਾਨੂੰ ਕੀ ਕੀ ਚਾਹੀਦਾ ਹੁੰਦਾ ਹੈ ਇਹਨਾਂ ਸੈਲਸ ਨੂੰ ਦੇਖਣ ਲਈ ਤੇ ਸਭ ਤੋਂ ਪਹਿਲੇ ਸਾਨੂੰ ਲੋਡ ਹੋਵੇਗੀ অনিয়ন ਪੀਸਸ ਦੀ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੇ ਅਨਿਅਨ ਕੱਟ ਕੇ ਰੱਖਿਆ ਹੋਇਆ ਹੈ ਜਿਹੜਾ ਅਸੀਂ ਪੀਲ ਬਣਾਵਾਂਗੇ ਉਹ ਡਰਾਈ ਨਾ ਹੋ ਜਾਵੇ ਉਹਦੇ ਤੇ ਪਾਣੀ ਪਾਉਣ ਲਈ ਸਾਇੰਟਿਫਿਕ ਤੌਰ ਤੇ ਤੇ ਪ੍ਰੋਫੈਸ਼ਨਲ ਤੌਰ ਤੇ ਅਸੀਂ ਬਰਸ਼ ਲੈਨੇ ਆ ਅਸੀਂ 10 ਨੀ ਪਾਵਾਂਗੇ ਕਿਉਂਕਿ ਸਾਡੇ ਹੱਥ ਤੇ ਜੋ ਜਰਮਸ ਜਾਂ ਹੋਰ ਪਾਰਟਿਕਲਸ ਸਲਾਈਡ ਤੇ ਨਾ ਆ ਜਾਣ ਕਿਉਂਕਿ ਮਾਈਕਰੋਸਕੋਪ ਹਰ ਛੋਟੀ ਚੀਜ਼ ਨੂੰ ਅਬਜ਼ਰਵ ਕਰੇਗਾ ਜਿਸ ਕਾਰਨ ਸਾਡੀ ਸਲਾਈਡ ਖਰਾਬ ਵੀ ਹੋ ਸਕਦੀ ਹੈ ਤੇ ਨੈਕਸਟ ਸਾਨੂੰ ਚਾਹੀਦਾ ਹੈ ਕਵਰ ਸਲਿੱਪ ਇਹ ਛੋਟੇ ਜਿਹੇ ਤੁਸੀਂ ਦੇਖ ਸਕਦੇ ਹੋ ਛੋਟੇ ਜਿਹੇ ਸਰਕਲ ਦੀ ਸ਼ੇਪ ਹੁੰਦੀ ਹੈ ਫੇਰ ਸਾਨੂੰ ਚਾਹੀਦਾ ਇੱਕ ਫੋਰਸੈਪ ਇੱਕ ਛੋਟਾ ਜਿਹਾ ਤੁਸੀਂ ਚਿਮਟਾ ਦੇਖ ਸਕਦੇ ਹੋ ਇਸ ਨੂੰ ਅਸੀਂ ਫੋਰਸੈਪ ਕਹਿੰਦੇ ਆ ਇਸ ਨਾਲ ਅਸੀਂ ਫੜ ਕੇ ਅਨਨ ਪੀਲ ਨੂੰ ਸਲਾਈਡ ਤੇ ਰੱਖਦੇ ਆ ਅਸੀਂ ਇਸ ਨੂੰ ਹੱਥ ਨਹੀਂ ਲਾਉਂਦੇ ਉਸ ਤੋਂ ਬਾਅਦ ਸਾਨੂੰ ਚਾਹੀਦਾ ਹੈ ਗਲਾਸ ਸਲਾਈਡ ਇਸ ਲੰਬੇ ਗਲਾਸ ਨੂੰ ਅਸੀਂ ਗਲਾਸ ਸਲਾਈਡ ਕਹਿੰਦੇ ਆ ਔਰ ਇਸ ਤੋਂ ਬਾਅਦ ਸਾਨੂੰ ਚਾਹੀਦਾ ਹੈ ਆਇਓਡੀਨ ਸੋਲੂਸ਼ਨ ਤੁਸੀਂ ਦੇਖ ਸਕਦੇ ਹੋ ਇਹ ਆਇਓਡੀਨ ਸੋਲੂਸ਼ਨ ਹੈ ਜੋ ਅਸੀਂ ਲਿਆਇਆ ਹੈ ਐਂਡ ਆਇਓਡੀਨ ਸੋਲੂਸ਼ਨ ਨੂੰ ਸਲਾਈਡ ਦੇ ਉੱਪਰ ਪਾਉਣ ਦੀ ਸਾਡੀ ਅਨਨ ਪੀਲ ਦੇ ਉੱਪਰ ਪਾਉਣ ਦੇ ਲਈ ਸਾਨੂੰ ਡਰਾਪਰ ਚਾਹੀਦਾ ਹੈ ਐਂਡ ਇੱਥੇ ਤੁਸੀਂ ਦੇਖ ਸਕਦੇ ਹੋ ਮਾਈਕਰੋਸਕੋਪ ਗਲਾਸ ਸਲਾਈਡ ਤੇ ਲੇਅਰ ਨੂੰ ਰੱਖਣ ਤੋਂ ਬਾਅਦ ਅਸੀਂ ਇਸ ਨੂੰ ਮਾਈਕਰੋਸਕੋਪ ਵਿੱਚ ਅਬਜ਼ਰਵ ਕਰਦੇ ਹਾਂ ਜੀ ਤਾਂ ਹੁਣ ਅਸੀਂ ਐਕਸਪੈਰੀਮੈਂਟ ਪਰਫਾਰਮ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਅਨਨ ਦੇ ਕੱਟ ਕੀਤੇ ਹੋਏ ਪੀਸ ਤੋਂ ਪਤਲੀ ਜਿਹੀ ਅਨਨ ਦੀ ਲੇਅਰ ਕਟਾਂਗੇ ਫੋਰਸੈਪ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਬੜੀ ਹੀ ਆਸਾਨੀ ਦੇ ਨਾਲ ਨਿਕਲ ਜਾਂਦਾ ਹੈ ਠੀਕ ਹੈ ਜੀ ਹੁਣ ਅਸੀਂ ਇਸ ਲੇਅਰ ਨੂੰ ਫੋਰਸੈਪ ਦੀ ਮਦਦ ਦੇ ਨਾਲ ਗਲਾਸ ਲਾਈਟ ਤੇ ਰੱਖਦੇ ਵਾਂਗੇ ਲੇਅਰ ਨੂੰ 글라스 ਸਲਾਈਡ ਤੇ ਰੱਖਣ ਦੇ ਸਮੇਂ ਅਸੀਂ ਇਹ ਧਿਆਨ ਰੱਖਣਾ ਹੈ ਕਿ ਇਹਦੇ ਉੱਪਰ ਕੋਈ ਵੀ ਬੱਬਲ ਨਾ ਬਣੇ ਇਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਲੇਅਰ ਨੂੰ 글라스 ਸਲਾਈਡ ਦੇ ਉੱਪਰ ਰੱਖ ਦਿੱਤਾ ਹੈ ਵਿਦਆਊਟ ਐਨੀ ਬੱਬਲ ਤੇ ਹੁਣ ਅਸੀਂ ਆਇਓਡਿਨ ਸੋਲੂਸ਼ਨ ਦੀਆਂ ਦੋ ਡ੍ਰੌਪਸ ਇਸ ਲੇਅਰ ਦੇ ਉੱਪਰ ਪਾਵਾਂਗੇ ਠੀਕ ਹੈ ਜੀ ਹੁਣ ਆਇਓਡੀਨ ਸੋਲੂਸ਼ਨ ਇਸ ਸਲਾਈਡ ਦੇ ਉੱਪਰ ਪਾਉਣ ਤੋਂ ਬਾਅਦ ਅਸੀਂ ਇਸ ਸੈਕਸ਼ਨ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਸੈਕਸ਼ਨ ਨੂੰ ਕਵਰ ਸਲਿੱਪ ਦੇ ਨਾਲ ਕਵਰ ਕਰ ਦੇਵਾਂਗੇ ਠੀਕ ਹੈ ਜੀ ਅਸੀਂ ਹੁਣ ਠੀਕ ਹੈ ਜੀ ਹੁਣ ਅਸੀਂ ਸੈਕਸ਼ਨ ਨੂੰ ਕਵਰ ਸਲਿੱਪ ਦੇ ਨਾਲ ਕਵਰ ਕਰ ਦਿੱਤਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਗਰ ਅਸੀਂ ਅਨियन ਪੀਲ ਨੂੰ ਡਾਇਰੈਕਟ ਮਾਈਕਰੋਸਕੋਪ ਦੇ ਅੰਦਰ ਦੇਖਦੇ ਹਾਂ ਤਾਂ ਸਾਨੂੰ ਕੁਝ ਨਹੀਂ ਦਿਖੇਗਾ ਕਿਉਂਕਿ ਇਹ ਟਰਾਂਸਪੇਰੈਂਟ ਹੁੰਦਾ ਹੈ ਇਸ ਲਈ ਅਸੀਂ ਇਸ ਨੂੰ ਸਟੇਨ ਦੇਣ ਦੇ ਲਈ ਇਸ ਨੂੰ ਰੰਗ ਦੇਣ ਦੇ ਲਈ ਤਾਂ ਜੋ ਸਾਨੂੰ ਮਾਈਕਰੋਸਕੋਪ ਦੇ ਅੰਦਰ ਇਹ ਵਿਜੀਬਲ ਹੋ ਸਕੇ ਅਸੀਂ ਆਇਓਡੀਨ ਸੋਲੂਸ਼ਨ ਦੀ ਵਰਤੋਂ ਕਰਦੇ ਹਾਂ। ਅਗਰ ਤੁਹਾਨੂੰ ਆਇਓਡੀਨ ਸੋਲੂਸ਼ਨ ਪਾਉਣ ਤੋਂ ਬਾਅਦ ਅਗਰ ਐਕਸਟਰਾ ਸੋਲੂਸ਼ਨ ਦਿਖਦਾ ਹੈ ਤਾਂ ਉਸ ਨੂੰ ਤੁਸੀਂ ਫਿਲਟਰ ਪੇਪਰ ਦੀ ਮਦਦ ਦੇ ਨਾਲ ਸਾਫ਼ ਕਰ ਦਿਓ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸਲਾਈਡ ਦੇ ਵਿੱਚ ਐਕਸਟਰਾ ਸੋਲੂਸ਼ਨ ਨਹੀਂ ਹੈ ਤੇ ਇਸ ਲਈ ਸਾਡੀ ਸਲਾਈਡ ਮਾਈਕਰੋਸਕੋਪ ਦੇ ਅੰਦਰ ਅਬਜ਼ਰਵੇਸ਼ਨ ਦੇ ਲਈ ਬਿਲਕੁਲ ਤਿਆਰ ਹੈ। ਠੀਕ ਹੈ ਜੀ। ਹੁਣ ਅਸੀਂ 슬라이ਡ ਨੂੰ ਮਾਈਕਰੋਸਕੋਪ ਦੇ ਅੰਦਰ ਸੈੱਟ ਕਰ ਲੈਂਦੇ ਆਂ ਤੇ ਆਓ ਜੀ ਇਸ ਤਰ੍ਹਾਂ ਸੀ ਕਲਿਪਸ ਦੀ ਮਦਦ ਦੇ ਨਾਲ ਇਸ ਨੂੰ ਸੈੱਟ ਕਰਨ ਵਾਲੇ ਠੀਕ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ 슬라이ਡ ਨੂੰ ਜਦੋਂ ਮਾਈਕਰੋਸਕੋਪ ਵਿੱਚ ਰੱਖਿਆ ਤਾਂ ਸਾਨੂੰ ਕੁਝ ਇਸ ਤਰ੍ਹਾਂ ਦਾ 뷰 ਨਜ਼ਰ ਆਵੇਗਾ ਇਸ ਵਿੱਚ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਜੋ ਰੈਕਟੈਂਗੂਲਰ ਸ਼ੇਪ ਦਾ ਹੈ ਉਹ ਹੈ ਐਪੀਡਰਮਿਕ ਸੈਲ ਜੋ ਥਿੱਕ ਲਾਈਨਿੰਗ ਹੈ ਉਸ ਤੇ ਸਾਈਡ ਤੇ ਤੁਸੀਂ ਜੋ ਥਿੱਕ ਲਾਈਨਿੰਗ ਦੇਖ ਰਹੇ ਹੋ ਇਹ ਵਾਲੀ ਉਹ ਕਹੇ ਲਾਂਦਾ ਹੈ ਸੈਲ ਵਾਲ ਤੇ ਜੋ ਡਾਟਸ ਤੁਸੀਂ ਦੇਖ ਰਹੇ ਹੋ ਉਹ ਹੈ ਨਿਊਕਲੀਅਸ ਤੇ ਇਸ ਤਰ੍ਹਾਂ ਤੁਸੀਂ ਇਸ ਨੂੰ ਲੇਬਲ ਕਰ ਸਕਦੇ ਹੋ ਥੈਂਕ ਯੂ